ਬੱਬਰ ਸ਼ੇਰ ਸਾਡੇ ਚੁੱਪ ਨੇ, ਇਸ ਕਰਕੇ ਟੀਟੂ ਵਰਗੇ ਖਰਗੋਸ਼ ਸਾਨੂੰ ਬੋਲਣਾ ਪੈ ਰਿਹਾ ਵਾ। ਹੁਣ ਸਾਨੂੰ ਪਤਾ ਨਹੀਂ ਨਾ ਵੀ ਕੈਪਟਨ ਸਾਹਿਬ ਕਿਹੜੀ ਚੀਜ਼ ਨਾਲ ਜਾਗਦੇ ਆ ਜੀ। ਪੀਪ ਨਹੀਂ ਇਹਨਾਂ ਨਾਲ ਅਸੀਂ ਕੀਤਾ ਸੀ, ਮੈਂ ਕਿਹਾ ਜਾਗ ਜਾਣਗੇ ਕਰਾ, ਪਰ ਆ ਤਾਂ ਕੰਮ ਕਰਨ ਦੀ ਨਹੀਂ ਸੁੱਤੇ ਪਏ ਵੀਰੇ ਕਰਾ, ਪੀਪਰੀਆਂ ਨਾਲ ਜਾਗੇ ਨਹੀਂ ਕਰਾ। ਬਾਕੀ ਬੈਂਸ ਸਾਹਿਬ ਨੂੰ ਵੀ ਕਹਿੰਦੇ ਹਾਂ 7 ਤਰੀਕ ਨੂੰ ਚੱਲੋ ਸਾਡੇ ਨਾਲ, ਪਿੱਛੇ ਲੱਗਾਂਗੇ, ਲਾਈਵ ਵੀਡੀਓ ਬਣਾ ਕੇ ਚੱਲਿਓ, ਲੱਤ ਮਾਰ ਕੇ ਟੀਟੂ ਮਾਣੇ ਦਰਵਾਜ਼ਾ ਖੋਲੂ ਜਾਓ। ਭਾਈ ਭਾਈ ਸਾਰੇ ਚੌਪਾ ਪਤਾ ਨਹੀਂ ਕਿਹੜੀ ਮਿੱਠੀ ਜਲੇਬੀ ਮੂੰਹ 'ਚ ਪਾਈ ਹੈ ਇਹਨਾਂ ਨੇ ਕਰਾ, ਆਹ ਤਾਂ ਕੰਮ ਕਰਦੀ ਨਹੀਂ ਤਾਂ ਪੱਕੇ ਹੀ ਸੌਂਕੇ ਕਰਾ, ਇਦੂ ਤਾਂ ਵਧੀਆ ਕੰਮ ਕਰਨੀ ਸਹੀ ਸੀਗਾ ਜਿਹੜਾ ਬਾਜੇ ਨਾਲ ਜਾਗਦਾ ਗਿਆ ਸੀ। ਆ ਛੁੰਛਣੇ ਕਿਉਂਕਿ ਜਿਹੜੇ ਆ ਛੁੰਛਣੇ ਆ ਲੋਕ ਹਿੱਤਾਂ ਲਈ ਵੱਜਣਗੇ, ਕੇਵਲ ਲੋਕ ਹਿੱਤਾਂ ਲਈ, ਵੋਟਾਂ ਲਈ ਨਹੀਂ। ਲੁਧਿਆਣਾ ਦੇ DC ਦਫ਼ਤਰ ਦੇ ਬਾਹਰ ਪ੍ਰਾਈਵੇਟ ਸਕੂਲ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ, ਅਤੇ ਅੱਜ ਫਿਰ ਟੀਟੂ ਬਾਣੀਆ ਜੀ ਵੱਲੋਂ ਵੀ ਇੱਕ ਅਲੱਗ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਟੀਟੂ ਬਾਣੀਆ ਜੀ ਮੌਜੂਦ ਹੈ। ਬਾਣੀਆ ਸਾਹਿਬ, ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਅੱਜ ਇੱਕ ਅਲੱਗ ਤੁਹਾਡਾ ਛੁੰਛਣੇ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਟੂ ਬਾਣੀਆਂ ਨੇ DC ਦਫ਼ਤਰ ਪੀਪਰੀਆਂ ਨਾਲ ਪ੍ਰਦਰਸ਼ਨ ਕੀਤਾ, ਪਰ ਕੈਪਟਨ ਸਾਹਿਬ ਵੀ ਨਹੀਂ ਜਾਗੇ, ਸਿੱਖਿਆ ਮੰਤਰੀ ਵੀ ਨਹੀਂ ਜਾਗੇ, ਨਾ ਹੀ ਉਹਨਾਂ ਦੇ ਕੰਨਾਂ ਦਾ ਮੈਲ ਇੱਧਰ ਉੱਧਰ ਹੋਇਆ। ਸਾਨੂੰ ਸੀ ਇਹ ਵੀ ਕੋਈ ਬਿਆਨਬਾਜ਼ੀ ਹੋਊਗੀ, ਪਰ ਅੱਜ ਟੀਟੂ ਬਾਣੀਆਂ ਫਿਰ ਐਲਾਨ ਕਰਦਾ ਵਾ ਆ ਛੁੰਛਣੇ, ਕਿਉਂਕਿ ਜਿਹੜੇ ਆ ਛੁੰਛਣੇ ਆ ਲੋਕ ਹਿੱਤਾਂ ਲਈ ਵੱਜਣਗੇ, ਕੇਵਲ ਲੋਕ ਹਿੱਤਾਂ ਲਈ, ਵੋਟਾਂ ਲਈ ਨਹੀਂ। ਮੈਂ ਅੱਜ ਕੈਪਟਨ ਸਰਕਾਰ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ 6 ਤਰੀਕ ਤੱਕ ਬਿਆਨਬਾਜ਼ੀ ਦੇ ਦਿਓ ਵੀ ਅਸੀਂ ਪ੍ਰਾਈਵੇਟ ਸਕੂਲਾਂ ਦੀ ਲੁੱਟ 'ਤੇ ਨੱਥ ਪਾਵਾਂਗੇ, ਫੀਸਾਂ ਕਟਾਵਾਂਗੇ, ਕਾਪੀਆਂ ਕਿਤਾਬਾਂ ਯਾਨੀ ਜਨਤਕ ਕਰਾਂਗੇ ਵੀ ਜਿੱਥੋਂ ਮਰਜ਼ੀ ਮਿਲ ਸਕਣ ਕਰਾਂ। ਜੇ ਨਾ 6 ਤਰੀਕ ਤੱਕ ਉਹਨਾਂ ਨੇ ਕੀਤਾ ਤਾਂ 7 ਤਰੀਕ ਨੂੰ ਸੁਣਤਲਿਆਂ ਨਾਲ DC ਦਫ਼ਤਰ ਮੋਗੇ 'ਚ ਪ੍ਰਦਰਸ਼ਨ ਕੀਤਾ ਜਾਊਗਾ। ਅਸੀਂ ਛੁੰਛਣੇ ਵਜਾਉਂਦੇ ਹੀ ਜਾਵਾਂਗੇ ਮੋਗੇ ਤੱਕ, DC ਦੇ ਦਰਬਾਰ ਤੱਕ, ਕਿਉਂਕਿ ਸਾਡਾ ਮਕਸਦ ਹੈਗਾ ਵਾ ਵੀ ਮਾਰਚ ਅਤੇ ਅਪ੍ਰੈਲ ਆਉਣ ਵਾਲੀ ਆ, ਇਹਨਾਂ ਦਿਨਾਂ ਦੇ ਵਿੱਚ ਯਾਨੀ ਲੁੱਟ ਖੁੱਤ ਬਹੁਤ ਹੁੰਦੀ ਆ ਮਾਪਿਆਂ ਦੀ ਕਰਾਂ। ਆਹ ਸਾਡਾ ਸਭ ਤੋਂ ਵੱਡਾ ਮੁੱਦਾ ਵਾ, ਲੋਕ ਪਰੇਸ਼ਾਨ ਨੇ ਕਰਾਂ, ਜਿਹੜਾ ਇੱਕ ਵਿੱਦਿਆ ਦਾ ਮੰਦਿਰ ਆ, ਸਿੱਖਿਆ ਦਾ ਮੰਦਿਰ ਆ, ਉਹ ਦੁਕਾਨਦਾਰੀ ਬਣਾਇਆ ਹੋਇਆ ਇਹ ਸਾਡੇ ਲੀਡਰਾਂ ਨੇ। ਸਾਡੇ ਲੀਡਰ ਵੀ ਹੈਗੇ ਆ ਜਿਹੜੇ ਹੈਗੇ ਆ ਇਹਨਾਂ ਨਾਲ ਰਲੇ ਹੋਏ ਆ, ਸਾਰਿਆਂ ਨੂੰ ਪਤਾ ਵਗਰ ਕੋਈ ਨਹੀਂ ਬੋਲਦਾ। ਜਿਹੜੇ ਕਹਿੰਦੇ ਅਸੀਂ ਬੱਬਰ ਸ਼ੇਰ ਹਾਂ 86, ਜਿਹੜੇ ਕਹਿੰਦੇ ਅਸੀਂ ਸੱਚੇ ਸੁੱਚੇ ਹਾਂ, ਜਿਹੜੇ 2-2 ਹਜ਼ਾਰ ਪਿੱਛੇ ਲਾਈਵ ਵੀਡੀਓ ਬਣਾ ਕੇ ਭੱਜਦੇ ਫਿਰਦੇ ਨੇ ਜਿਹੜੇ, ਉਹ ਵੀ ਚੁੱਪ ਨੇ ਕਰਾਂ। ਬੱਬਰ ਸ਼ੇਰ ਸਾਡੇ ਚੁੱਪ ਨੇ, ਇਸ ਕਰਕੇ ਟੀਟੂ ਵਰਗੇ ਖਰਗੋਸ਼ ਸਾਨੂੰ ਬੋਲਣਾ ਪੈ ਰਿਹਾ ਵਾ। ਸਾਡੀ ਯਾਨੀ ਹੈਗੇ ਸਾਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਜੇ ਬੱਬਰ ਸ਼ੇਰ ਬੋਲਦੇ ਤਾਂ ਸਾਨੂੰ ਲੋੜ ਹੀ ਨਹੀਂ ਸੀਗੀ, ਅਸੀਂ ਆਪਦੇ ਘਰ ਬਹਿ ਕੇ ਕੰਮ ਕਾਜ ਕਰਦੇ। ਅਸੀਂ ਇਹਨਾਂ ਬੱਬਰ ਸ਼ੇਰਾਂ ਨੂੰ ਜਗਾਉਣ ਦੀ ਖਾਤਰ ਜਿਹੜਾ ਟੀਟੂ ਬਾਣੀਆ ਖਰਗੋਸ਼ ਹੈਗਾ ਛੁੰਛਣੇ ਲੈ ਕੇ ਮੋਗੇ DC ਦਫ਼ਤਰ ਜਾਊਗਾ, ਤਾਂ ਜੋ ਸਰਕਾਰ ਨੂੰ ਜਗਾਇਆ ਜਾਵੇ। ਪਹਿਲਾਂ ਤੁਸੀਂ ਪੀਪਣੀਆਂ ਨਾਲ ਧਰਨਾ ਪ੍ਰਦਰਸ਼ਨ ਕੀਤਾ ਸੀ ਸਰਕਾਰ ਨੂੰ ਜਗਾਉਣ ਵਾਸਤੇ, ਅਤੇ ਹੁਣ ਤੁਸੀਂ ਛੁੰਛਣੇ ਲੈ ਕੇ ਕਰ ਰਹੇ ਹੋ ਜੀ। ਪੀਪਣੀਆਂ ਨਾਲ ਅਸੀਂ ਕੀਤਾ ਸੀ, ਮੈਂ ਕਿਹਾ ਜਾਗ ਜਾਣਗੇ ਕਰਾਂ, ਪਰ ਆ ਤਾਂ ਕੰਮ ਕਰਨ ਦੀ ਨਹੀਂ ਸੁੱਤੇ ਪਏ ਵੀਰੇ ਕਰਾਂ, ਪੀਪਣੀਆਂ ਨਾਲ ਜਾਗੇ ਨਹੀਂ ਕਰਾਂ। ਸਾਡੀਆਂ ਪੀਪਣੀਆਂ ਤਾਂ ਫੇਲ ਹੋ ਗਈਆਂ, ਹੁਣ ਛੁੰਛਣੇ ਦੀ ਵਰਤੋਂ ਕਰਾਂਗੇ ਵੀ ਸ਼ਾਇਦ ਛੁੰਛਣਿਆਂ ਨਾਲ ਜਾਗ ਜਾਣ। ਹੁਣ ਸਾਨੂੰ ਪਤਾ ਨਹੀਂ ਨਾ ਵੀ ਕੈਪਟਨ ਸਾਹਿਬ ਕਿਹੜੀ ਚੀਜ਼ ਨਾਲ ਜਾਗਦੇ ਆ ਜਾਂ ਸਿੱਖਿਆ ਮੰਤਰੀ ਕਿਹੜੀ ਚੀਜ਼ ਨਾਲ ਜਾਗਦੇ ਆ, ਹੁਣ ਅਸੀਂ ਇਹਨਾਂ ਦੀ ਵਰਤੋਂ ਕਰਾਂਗੇ। ਜੇ ਇਹਨਾਂ ਨਾਲ ਨਹੀਂ ਜਾਗੇ ਫਿਰ ਕੋਈ ਹੋਰ ਹਥਿਆਰ ਲਵਾਂਗੇ, ਹਥਿਆਰ ਸਾਡੇ ਕੋਲ ਵਾਧੂਗਾ ਜਗਾਉਣ ਵਾਸਤੇ ਕਰਾਂ। ਦੇਖਦੇ ਕਿਹਦੇ ਨਾਲ ਜਾਗਦੇ ਆ, ਕਿਹੜੀ ਚੀਜ਼ ਦੇ ਕਰਮ ਖੁੱਲ੍ਹਦੇ ਆ, ਯਾਨੀ ਸਾਡੇ ਜਿਹੜੇ ਹੈਗੇ ਬੱਚੇ ਜਿਨ੍ਹਾਂ ਨੂੰ ਬੋਲਣ ਦਾ ਪਤਾ ਨਹੀਂ ਆ, ਜਿਹੜੇ ਰੱਬ ਰੂਪੀ ਨੇ ਕਰਾਂ, ਜਿਹੜੇ ਸੱਚੇ ਆ, ਆ ਸਰਕਾਰਾਂ ਉਹਨਾਂ ਨੂੰ ਵੀ ਲੁੱਟ ਰਹੀਆਂ ਨੇ, ਕਮਿਸ਼ਨ ਲੈ ਰਹੀਆਂ ਨੇ, ਮਹੀਨੇ ਲੈ ਰਹੀਆਂ ਨੇ, ਕਿਉਂ ਨਹੀਂ ਬੋਲਦੇ? ਕਿਹੜੀ ਸਕੂਲ ਵਾਲਿਆਂ ਨੇ ਇਹਨਾਂ ਦੇ ਮੂੰਹ 'ਚ ਮਿੱਠੀ ਜਲੇਬੀ ਪਾ ਤੀ ਪ੍ਰਾਈਵੇਟ ਸਕੂਲ ਵਾਲਿਆਂ ਨੇ? ਮੈਂ ਵਾਰ ਵਾਰ ਕਹੀ ਜਾਂਦਾ ਵੀ ਕਾਨੂੰਨ ਬਣਾਓ ਵੀ ਸਰਕਾਰੀ ਮੁਲਾਜ਼ਮ ਦਾ ਬੱਚਾ ਵੀ ਸਰਕਾਰੀ ਸਕੂਲ 'ਚ ਪੜ੍ਹੇ, ਅਤੇ ਜਿਹੜੇ ਸਰਕਾਰੀ ਮੰਤਰੀ ਹੈਗੇ ਆ MLA MP ਉਹਨਾਂ ਦੇ ਬੱਚੇ ਵੀ ਪੜ੍ਹਨ। ਬਾਕੀ ਮੈਂ ਤਾਂ 7 ਤਰੀਕ ਨੂੰ ਰਮਨੀਤ ਬਿੱਟੂ ਜੀ ਨੂੰ ਵੀ ਬੇਨਤੀ ਕਰਦਾ ਵਾਂ
ਜਾਂ ਦਾਦੀ ਵਾਲੀ ਗੱਲ ਕੱਢੋ, ਚਲੀਏ ਡੀ ਸੀ ਦਫ਼ਤਰ ਮੋਗੇ ਧਰਨਾ ਲਾਉਣ, ਤਾਂ ਜੋ ਕਿਉਂਕਿ ਤੁਹਾਡੇ ਦਾਦਾ ਜੀ ਨਹੀਂ ਸੀ ਇਕੱਲੇ ਬੇਅੰਤ ਸਿਓ, ਸਾਡੇ ਵੀ ਦਾਦਾ ਜੀ ਸੀਗੇ, ਸਾਨੂੰ ਵੀ ਗੱਡੀ ਦੇ ਦਿਓ ਉਹ, ਤਾਂ ਜੋ ਲੋਕ ਕਹਿਣ ਬਈ ਗੱਡੀ ਦੀ ਵਰਤੋਂ ਸਹੀ ਹੋਈ ਆ ਬਿੱਟੂ ਸਾਹਿਬ ਦੀ, ਦਾਦਾ ਦੀ। ਅਸੀਂ ਬੱਚਿਆਂ ਨੂੰ ਬਚਾਉਣ ਵਾਸਤੇ ਨਿਕਲੀ ਅਗਰ ਇਕੱਲੇ ਫਾਰਮਾਂ ਵਾਸਤੇ ਗੱਡੀ ਦੀ ਤਾਂ ਕੋਈ ਫਾਇਦਾ ਨਹੀਂ ਹੁੰਦਾ, ਬਾਕੀ ਬੈਂਸ ਸਾਹਿਬ ਨੂੰ ਵੀ ਕਹਿੰਦੇ ਹਾਂ 7 ਤਰੀਕ ਨੂੰ ਚੱਲੋ ਸਾਡੇ ਨਾਲ, ਪਿੱਛੇ ਲੱਗਾਂਗੇ, ਲਾਈਵ ਵੀਡੀਓ ਬਣਾ ਕੇ ਚੱਲਿਓ, ਲੱਤ ਮਾਰ ਕੇ ਟੀਟੂ ਮਾਣੀ ਦਰਵਾਜ਼ਾ ਖੋਲੂ ਜਾਓ, ਚਾਹੇ ਜਿੰਨਾ ਮਰਜ਼ੀ ਪਰਚਾ ਹੋ ਜਾਵੇ ਡੀ ਸੀ ਦਾ ਖੋਲੂ, ਵੀ ਕਿਉਂ ਸੁੱਤੇ ਪਏ ਹੋ, ਕੋਈ ਜਾਵੇ ਤਾਂ ਸਹੀ ਨਾ। ਤੁਹਾਨੂੰ ਕੀ ਲੱਗਦਾ ਤੁਸੀਂ ਬੈਂਸ ਸਾਹਿਬ ਨੂੰ ਕਹਿ ਮੇਰੇ ਨਾਲ ਚੱਲੋ, ਤੁਹਾਨੂੰ ਕੀ ਲੱਗਦਾ ਚੱਲਣਗੇ ਤੁਹਾਡੇ ਨਾਲ? ਦੇਖੋ ਜੀ ਚੱਲ ਸਕਦੇ ਆ, ਸ਼ੇਰ ਨੇ ਬੱਬਰ ਸ਼ੇਰ ਨੇ, ਮੇਰੀ ਤਾਕਤਾਂ ਬਣ ਜੂ 100 ਗੁਣਾ ਉੱਤੇ, ਜੇ ਚੱਲਣਗੇ ਤਾਂ ਬੱਲੇ ਬੱਲੇ ਹੋਊਗੀ ਗਰਾ, ਨਹੀਂ ਲੋਕ ਪੁੱਛਣਗੇ ਕੀ ਗੱਲਬਾਤ ਹੋ ਗਈ ਗਰਾ, ਕਿਹੜੀ ਜਲੇਬੀ ਮੂੰਹ 'ਚ ਪਾਤੀ ਪ੍ਰਾਈਵੇਟ ਸਕੂਲ ਵਾਲਿਆਂ ਨੇ, ਅੱਜ ਤਾਂ ਕਹਿੰਦੇ ਚੱਲੋ, ਅੱਜ ਤਾਂ ਅਕਾਲੀ ਲੀਡਰਾਂ ਨੂੰ ਵੀ ਕਹਿੰਦੇ ਆ, ਆ ਮਨਪ੍ਰੀਤ ਦੀ ਵਾਲੀ ਜਿਹੜੇ ਜਿੱਤਿਆ ਵਾ, ਜਿਹੜੇ ਸਰਕਾਰ ਪੁੱਠਸ਼ੁੱਧੀ ਕੀਤੀ ਆ, ਅੱਜ ਤਾਂ ਉਹਨੂੰ ਵੀ ਕਹਿੰਦੇ ਆ ਵੀ ਨਾਲ ਚੱਲ, ਸਾਡੇ ਖਰਗੋਸ਼ਾ ਦੇ ਨਾਲ ਚੱਲੋ, ਤੁਸੀਂ ਕਹਿੰਦੇ ਸੀ ਬੱਬਰ ਸ਼ੇਰ ਆ। ਦੇਖੋ ਜੀ ਮੈਂ ਤਾਂ ਇਨਵਾਈਟ ਸਾਰਿਆਂ ਨੂੰ ਕਰ ਰਿਹਾ, ਕੋਈ ਜਾ ਸਕਦਾ ਵਾ, ਆਪ ਵਾਲੇ ਦਾ ਭਗਵੰਤ ਮਾਨ ਜਾ ਸਕਦਾ ਵਾ, ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਆ, ਸਾਡੇ ਵਾਸਤੇ ਸਾਰੇ ਬੱਬਰ ਸ਼ੇਰ ਨੇ, ਕਿਹੜਾ ਇਕੱਲਾ ਖਰਗੋਸ਼ ਹੀ ਟੀਟੂ ਰਹਿ ਗਿਆ, ਇਹਨਾਂ ਨੂੰ ਪਤਾ ਨਹੀਂ ਕਿਹੜੀ ਮਿੱਠੀ ਗੋਲੀ ਦਿੱਤੀ ਆ। ਅਸੀਂ ਤਾਂ ਕਹਿੰਦੇ ਹਾਂ ਇਹਨਾਂ ਨੂੰ ਵਪਾਰ ਨਾ ਬਣਾਇਆ ਜਾਵੇ, ਜਿਹੜੇ ਵਿੱਦਿਆ ਅਦਾਰੇ ਹੈਗੇ ਆ, ਕਿਉਂਕਿ ਇਹਨਾਂ 'ਚੋਂ ਕਈਆਂ ਨੇ ਮੁੱਖ ਮੰਤਰੀ ਬਣਨਾ, ਕਈਆਂ ਨੇ MP ਬਣਨਾ, ਕਈਆਂ ਨੇ ਵਕੀਲ ਬਣਨਾ, ਕਈਆਂ ਨੇ ਜੱਜ ਬਣਨਾ, ਜੇ ਪੜ੍ਹਨਗੇ ਫਿਰ ਹੀ ਬਣਨਗੇ ਨਾ, ਨਹੀਂ ਤਾਂ ਇਹਨਾਂ ਨੇ ਨਸ਼ੇ 'ਤੇ ਲਾ ਲੈਣੇ ਆ ਜਿਵੇਂ ਹੋਰ ਨੌਜਵਾਨ ਲਾਏ ਆ। ਦਿਲ ਰੋਂਦਾ ਆ ਮਾਰਚ ਵਿੱਚ, ਮਾਪੇ ਗਹਿਣੇ ਵੇਚ ਵੇਚ, ਜ਼ਮੀਨਾਂ ਵੇਚ ਵੇਚ ਆਪਦੇ ਜਵਾਕਾਂ ਦੀ ਐਡਮਿਸ਼ਨ ਕਰਵਾਉਂਦੇ ਆ ਦੁਬਾਰਾ ਦੁਬਾਰਾ, ਜਿੱਡਾ ਵੱਡਾ ਸਕੂਲ ਉੱਡੀ ਵੱਡੀ ਲੁੱਟ, ਅਤੇ ਟੈਕਸ ਵੀ ਨਹੀਂ ਭਰਦੇ, ਮੈਂ ਤਾਂ ਪਹਿਲਾਂ ਵੀ ਕਹਿੰਦਾ ਨਾ ਕੋਈ ਟੈਕਸ ਦੀ ਇਨਕੁਆਇਰੀ ਕਰਦਾ ਇਹਨਾਂ ਦੀ, 2 ਨੰਬਰ ਦਾ ਮਾਲ ਸਾਰਾ ਹੀ ਆਉਂਦਾ ਸਕੂਲ 'ਚ। ਚਲੋ ਕੋਈ ਤਾਂ ਗਰੀਬ ਉੱਟੀ ਟੂ ਬਣੇ ਸਾਥ ਦਿਓ ਨਾ ਭਾਈ, ਭਾਈ ਸਾਰੇ ਚੌਪਾ ਪਤਾ ਨਹੀਂ ਕਿਹੜੀ ਮਿੱਠੀ ਜਲੇਬੀ ਮੂੰਹ 'ਚ ਪਾਈ ਹੈ ਇਹਨਾਂ ਨੇ। ਅਗਰ ਇਹ ਰੀਡਮਿਸ਼ਨਾਂ ਦਾ ਮੁੱਦਾ ਹਰ ਸਾਲ ਉੱਠਦਾ, ਕੋਈ ਨਾ ਕੋਈ ਮੁੱਦਾ ਉਠਾਉਂਦਾ, ਪਰ ਅਸਰ ਤਾਂ ਕੋਈ ਹੁੰਦਾ ਨਹੀਂ ਫਿਰ? ਦੇਖੋ ਜੀ ਅਸਰ ਤਾਂ ਹੁੰਦਾ ਵਾ, ਤੁਹਾਡੇ ਵਰਗੇ ਚੈਨਲ ਨਾਲ ਜੇ ਕੋਈ ਚਲਾਊਗਾ ਤਾਂ ਇੰਟਰਵਿਊ, ਜਿਹੜੇ ਮੇਰੇ ਵਰਗੇ ਪ੍ਰੋਟੈਸਟ ਕਰਦੇ ਆ ਅਸਰ ਤਾਂ ਹੁੰਦਾ ਵਾ, ਉਹ ਯਾਨੀ ਅਸਰ ਮਾਪਿਆਂ ਨੂੰ ਵੀ ਪਤਾ ਲੱਗਦਾ ਵਾ ਵੀ ਹੋਇਆ ਵਾ, ਪਰ ਸਾਡੇ ਜਿਹੜੇ ਜ਼ਿਆਦਾਤਰ ਲੋਕ ਹੈਗੇ ਬੋਲਦੇ ਨੇ, ਉਹ ਕਹਿੰਦੇ ਸਾਡਾ ਬੱਚਾ ਸਕੂਲੇ ਜਾਊਗਾ, ਹਰੇਕ ਵਾਰੀ ਬਿਲਡਿੰਗ ਫੰਡ ਲੈਂਦੇ ਆ ਬਿਲਡਿੰਗ ਫੰਡ, ਜਦੋਂ ਬਿਲਡਿੰਗ ਫੰਡ ਬੱਚਿਆਂ ਨੇ ਦੇ ਦੇ ਕੇ ਤੁਹਾਡੀ ਬਿਲਡਿੰਗ ਬਣਾਈ ਦਿੱਤੀ, ਉਹ ਬਿਲਡਿੰਗ ਤਾਂ ਫਿਰ ਬੱਚਿਆਂ ਦੀ ਆ, ਤੁਹਾਡਾ ਕੀ ਰਹਿ ਗਿਆ? ਬੱਚਿਆਂ ਦੀ ਆ। ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਵੀ ਜਿੰਨੇ ਵੀ ਸਕੂਲ ਹੈਗੇ ਆ ਆਪਦੇ ਅੰਡਰ ਲਿੱਤੇ ਜਾਣ, ਆਪਦੇ ਅੰਡਰ ਕੀਤੇ ਜਾਣ, ਫੀਸਾਂ ਆਪਦੇ ਮੁਤਾਬਕ ਤੈਅ ਕੀਤੀਆਂ ਜਾਣ, ਆਉਣ ਜਾਣ ਦਾ ਕਿਰਾਇਆ ਆਪਦੇ ਮੁਤਾਬਕ ਤੈਅ ਕੀਤਾ ਜਾਵੇ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ 6 ਤਰੀਕ ਤੱਕ ਜੇ ਤੁਸੀਂ ਡਿਸੀਜ਼ਨ ਨਾ ਲਿਆ ਤਾਂ 7 ਤਰੀਕ ਨੂੰ ਮੋਗੇ DC ਦਫ਼ਤਰ T2 ਬਾਣੀ ਦੇ ਸਾਥੀ ਨੇ ਸੌਂਚਣੇ ਲੈ ਕੇ ਪਹੁੰਚਾ ਲਾਵਾਂ, ਫਿਰ ਕਹੋਗੇ ਬੇਇੱਜ਼ਤੀ ਹੁੰਦੀ ਆ, ਅਸੀਂ ਫਿਰ ਕਹਿੰਗੇ ਖਿੱਲੀ ਉੱਡਦੀ ਆ। ਇਹਨਾਂ ਸਰਕਾਰਾਂ ਨੇ T2 ਬਾਣੀ ਨੂੰ ਮਜ਼ਾਕ ਬਣਾ ਕੇ ਰੱਖਤਾ, ਪਰ ਮੈਂ ਇਹਨਾਂ ਨੂੰ ਕਹਿੰਦਾ ਵਾਂ T2 ਬਾਣੀ ਦਬਨ ਵਾਲਾ ਹੈ ਨਹੀਂ, ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਵੀ T2 ਬਾਣੀ ਨੂੰ ਖਰੀਦ ਸਕਣ। ਪ੍ਰਾਈਵੇਟ ਸਕੂਲਾਂ ਵਾਲੇ ਕਹਿੰਦੇ ਆ ਅਸੀਂ MP ਖਰੀਦ ਲਏ, ਅਸੀਂ MLA ਖਰੀਦ ਲਏ, ਸਾਡੇ ਖਿਲਾਫ਼ ਕਿਹੜਾ ਬੋਲੂ? ਸੱਚੀ ਉਹਨਾਂ ਨੇ ਬਾਈ ਖਰੀਦੇ ਹੋਏ ਲੱਗਦੇ ਆ, ਮੈਨੂੰ ਤਾਂ ਦੇਖਦੇ ਹੁਣ ਕਿਹੜੇ ਕਿਹੜਾ ਬੋਲਦਾ ਵਾ। ਰਵਨੀਤ ਵਿੱਚ ਨੂੰ ਫਿਰ ਬੇਨਤੀ ਕਰਦਾ ਵਾਂ, ਦਾਦਾ ਜੀ ਵਾਲੀ ਕਾਰ 'ਚ ਨਾਲ ਅਸੀਂ ਝੂਟਾ ਲੈ ਲਾਂਗੇ, ਸਾਡਾ ਵੀ ਜੀ ਸਾਡਾ ਵੀ ਦਾਦਾ ਹੀ ਸੀਗਾ, ਤੈਂ ਇਕੱਲੇ ਨੇ ਕਬਜ਼ਾ ਕਰ ਲਿਆ ਉਹ ਤਾਂ ਕਰਾਂ ਵੀ ਨਾਲ ਝੂਟਾ ਲੈ ਲਾਂਗੇ ਨਾਲ ਸਾਡੇ ਨਾਲ ਚੱਲ, ਤਾਂ ਹੀ ਉਹ ਲੋਕ ਇਨਕਲਾਬੀ ਕਹਿਣਗੇ ਕਿ ਨਾ। MP ਬਣਾਇਆ ਤੁਹਾਨੂੰ ਲੋਕਾਂ ਨੇ, ਜਿਤਾਇਆ 2 ਵਾਰੀ, ਕਿੰਨਾ ਵੱਡਾ ਫਤਵਾ ਦਿੱਤਾ ਵਾ, ਕੋਈ ਲੋਕਾਂ ਦਾ ਫਾਇਦਾ ਵੀ ਕਰਨਾ। ਤੁਸੀਂ ਲੁਧਿਆਣਾ ਵਿੱਚ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ, ਹੁਣ ਤੁਸੀਂ ਕਹਿੰਦੇ ਹੋ ਅਸੀਂ ਮੋਗੇ ਜਾਣਾ ਹੈ 7 ਤਰੀਕ ਨੂੰ, ਜੇ ਫਿਰ ਵੀ ਨਾ ਕੋਈ ਸੁਣਵਾਈ ਹੋਈ ਇਸ ਚੀਜ਼ ਨੂੰ ਲੈ ਕੇ, ਅਤੇ ਅਗਲਾ ਸਟੈਪ ਕੀ ਹੋਊਗਾ ਤੁਹਾਡਾ? ਫਿਰ ਜੀ ਅੰਮ੍ਰਿਤਸਰ ਦਾ DC ਦਫ਼ਤਰ ਵੀ ਹੈਗਾ ਵਾ, ਅਤੇ ਕੈਪਟਨ ਦੀ ਕੋਠੀ ਵੀ ਹੈਗੀ ਆ ਮੋਤੀ ਮਹਿਲ, ਮੈਂ ਡਰਨ ਵਾਲਾ ਬੰਦਾ ਨਹੀਂ ਆ, ਹੋਰ ਬਥੇਰਾ ਕੁਛ ਹੈਗਾ, ਮੈਂ ਤਾਂ ਮਾਰਚ ਤੱਕ ਇਹਨਾਂ ਪੱਕਾ ਜਲੂਸ ਕੱਢੂ,
ਕਿਉਂਕਿ ਸਾਡਾ ਜਿਹੜਾ ਮੁੱਦਾ ਹੈਗਾ ਵਾ ਬੱਚਿਆਂ ਲਈ ਆ, ਬੱਚੇ ਰੱਬ ਰੂਪੀ ਆ। ਅੱਜ ਤੱਕ ਨਾ ਸੁਣਸਣ ਚੱਕੇ ਆ, ਕੀਤਾ ਹੁਣ ਅੰਮ੍ਰਿਤਸਰ ਮੈਂ ਕੀ ਚੱਕੂੰਗਾ ਅਗਰ। ਯਾਨੀ ਅਸੀਂ ਮਾਰਚ ਤੱਕ ਸਰਕਾਰ ਨੂੰ ਜਗਾ ਕੇ ਰੱਖਣਾ ਹੀ ਰੱਖਣਾ ਵਾ ਵੀ ਜਾਗੋ, ਪੀਪਣਿਆਂ ਨਹੀਂ ਜਾਗਦੇ ਛੁੰਛਣਿਆਂ ਨਾਲ ਜਾਗਦੇ। ਜਿਹਦੇ ਨਾਲ ਜਾਗਣਾ ਸਾਨੂੰ ਦੱਸ ਦਿਓ ਫੋਨ ਕਰਕੇ, ਉਹ ਚੀਜ਼ ਲਿਆਉਂਦੇ ਹਾਂ। ਆਹ ਤਾਂ ਕੰਮ ਕਰਦੀ ਨਹੀਂ, ਪੱਕੇ ਹੀ ਸੌਂ ਗਏ ਕਰਾ, ਇੱਦੂ ਤਾਂ ਵਧੀਆ ਕੰਮ ਕਰਨੀ ਸਹੀ ਸੀਗਾ ਜਿਹੜਾ ਬਾਜੇ ਨਾਲ ਜਾਗਦਾ ਗਿਆ ਸੀ। ਆਹ ਤਾਂ ਉਦੋਂ ਵੀ ਸੁੱਤੇ ਪਏ ਨੇ, ਕਰਾ ਕੋਈ ਗੱਲ ਨਹੀਂ, ਜਗਾਊਗਾ ਟੀਟੂ ਬਾਣੀ, ਚਿੰਤਾ ਨਾ ਕਰੋ। ਸਵੇਰੇ ਸਾਡੇ ਨਾਲ ਸੀ ਟੀਟੂ ਬਾਣੀ ਆ, ਜਿਨ੍ਹਾਂ ਦਾ ਕਹਿਣਾ ਕਿ ਜੇਕਰ ਪ੍ਰਾਈਵੇਟ ਸਕੂਲ ਆ ਜਿਹੜੀ ਲੁੱਟ ਆ, ਜਿੰਨੇ ਤੱਕ ਨਹੀਂ ਬੰਦ ਹੁੰਦੀ ਹੈ ਸੰਘਰਸ਼ ਇੱਦਾਂ ਹੀ ਚੱਲਦਾ ਰਹੇਗਾ। ਕੈਮਰਾਮੈਨ ਪਵਨ ਦੇ ਨਾਲ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ, ਲੁਧਿਆਣਾ।